ਸਤਿ ਸ਼੍ਰੀ ਅਕਾਲ, ਮੈਂ ਰਚਨਾ ਸ਼ਰਮਾ, ਇਹ ਵਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਏ ਪੰਜਾਬ ਫੇਰੀ ਤੇ, ਜਲੰਧਰ ਦੇ ਆਦਮਪੁਰ ਵਿੱਚ ਏਅਰਫੋਰਸ ਪਹੁੰਚੇ ਸ਼ਿਰਕਤ ਕਰਨ, ਹਰਿਮੰਦਰ ਸਾਹਿਬ ਵੀ ਪਹੁੰਚੇ ਨਤਮਸਤਕ। ਪ੍ਰਤਿਉਮ ਹੱਤਿਆਕਾਂਡ ਵਿੱਚ ਹੋਇਆ ਨਵਾਂ ਖੁਲਾਸਾ, 7 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਹੋ ਸਕਦੀ ਹੈ ਕਾਰਵਾਈ, ਸਬੂਤਾਂ ਨਾਲ ਛੇੜਛਾੜ ਕਰਨ ਦਾ ਵੀ ਇਹ ਲੱਗਦਾ ਦੋਸ਼। ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼, 18 ਨਵੰਬਰ ਤੱਕ ਭੇਜਿਆ ਗਿਆ ਰਿਮਾਂਡ ਤੇ। ਤੇ ਹੁਣ ਖਬਰਾਂ ਵਿਸਤਾਰ ਨਾਲ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀਰਵਾਰ ਨੂੰ ਪੰਜਾਬ ਦੀ ਫੇਰੀ ਤੇ ਆਏ। ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਲੰਧਰ ਦੇ ਆਦਮਪੁਰ ਵਿੱਚ ਏਅਰਫੋਰਸ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਰ ਦੇਸ਼ਵਾਸੀ ਫੌਜ ਕਾਰਨ ਹੀ ਚੈਨ ਦੀ ਨੀਂਦ ਸੌਂਦਾ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਅੰਮ੍ਰਿਤਸਰ ਵਿੱਚ ਸਥਿਤ ਹੀ ਸ਼੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਦੁਰਗਿਆਨਾ ਮੰਦਿਰ ਦੇ ਨਾਲ ਨਾਲ ਜਲਿਆਂਵਾਲਾ ਬਾਗ ਵਿੱਚ ਵੀ ਜਾਣ ਦੀ ਖਬਰ ਮਿਲੀ ਹੈ। ਪ੍ਰਤਿਉਮ ਹੱਤਿਆਕਾਂਡ ਵਿੱਚ CBI ਕੇਸ ਨਾਲ ਜੁੜੇ 7 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ ਜਾਂ ਉਹਨਾਂ ਨੂੰ ਕੇਸ ਵਿੱਚ ਮੁਲਜ਼ਮ ਬਣਾ ਸਕਦੀ ਹੈ। ਇਹਨਾਂ ਪੁਲਿਸ ਮੁਲਾਜ਼ਮਾਂ ਤੇ ਦੋਸ਼ ਹੈ ਕਿ ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਸਬੂਤਾਂ ਨਾਲ ਖਿਲਵਾੜ ਕੀਤਾ ਹੈ। ਚੰਡੀਗੜ੍ਹ ਦੀ CBI ਕੋਰਟ ਵਿੱਚ ਪ੍ਰਦਿਉਮਨ ਕੇਸ ਦੀ ਅੱਜ ਸੁਣਵਾਈ ਹੈ। ਜਾਂਚ ਵਿੱਚ ਆਇਆ ਕਿ ਇੱਕ ਟੀਚਰ ਨੇ ਮੁਲਜ਼ਮ ਵਿਦਿਆਰਥੀ ਅਤੇ ਪ੍ਰਦਿਉਮਨ ਨੂੰ ਇੱਕ ਦਿਨ ਪਹਿਲਾਂ ਇਕੱਠਿਆਂ ਬੁਲਾਇਆ ਸੀ ਅਤੇ ਮੁਲਜ਼ਮ ਵਿਦਿਆਰਥੀ ਹੱਤਿਆ ਤੋਂ ਬਾਅਦ ਵੀ ਉਸੇ ਟੀਚਰ ਦੇ ਕੋਲ ਗਿਆ ਸੀ। ਇਸੇ ਟੀਚਰ ਅਤੇ ਸਕੂਲ ਮੈਨੇਜਮੈਂਟ ਦੇ ਕਹਿਣ ਦੇ ਉੱਤੇ ਹੀ ਵਿਦਿਆਰਥੀਆਂ ਤੋਂ ਖੂਨ ਵੀ ਸਾਫ਼ ਕਰਵਾਇਆ ਗਿਆ, ਜਿਸ ਕਾਰਨ CBI ਟੀਚਰ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖ ਰਹੀ ਹੈ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਅਤੇ ਰਮਨਦੀਪ ਸਿੰਘ ਰਮਨਾ ਨੂੰ ਭਾਗਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਹਰਮਿੰਦਰ ਸਿੰਘ ਮਿੰਟੂ ਨੂੰ ਆਰਮਸ ਐਕਟ ਅਤੇ ਅਨਲਾਫੁਲ ਐਕਟ ਦੇ ਤਹਿਤ 17 ਨਵੰਬਰ ਤੱਕ ਪੁਲਿਸ ਰਿਮਾਂਡ ਮਿਲਿਆ ਹੈ। ਉੱਥੇ ਦੂਜੇ ਦੋਸ਼ੀ ਰਮਨਦੀਪ ਸਿੰਘ ਰਮਨਾ ਨੂੰ 18 ਨਵੰਬਰ ਤੱਕ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਹਾਂਜੀ ਵਕੀਲ ਸਾਹਿਬ, ਜਿਹੜੇ ਅੱਜ ਹਰਮਿੰਦਰ ਸਿੰਘ ਮਿੰਟੂ ਨੂੰ ਪੇਸ਼ ਕੀਤਾ ਗਿਆ, ਇਹਦੇ ਸੰਬੰਧ ਥੋੜ੍ਹਾ ਦੱਸੋ। ਅੱਜ ਹਰਮਿੰਦਰ ਸਿੰਘ ਮਿੰਟੂ ਨੂੰ ਜਿਹੜੇ ਕਿ 8 ਨਵੰਬਰ 2014 ਤੋਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ, ਉਹਨਾਂ ਨੂੰ ਪਿਛਲੀ 8 ਤਰੀਕ ਨੂੰ ਇਸ 193/16 ਬਾਘਾ ਪੁਰਾਣਾ ਦੇ ਕੇਸ ਦੇ ਪ੍ਰੋਡਕਸ਼ਨ ਉੱਤੇ ਲਿਆ ਸੀ। ਅੱਜ ਤੱਕ ਦਾ ਰਿਮਾਂਡ ਸੀਗਾ, ਅੱਜ ਦੁਬਾਰੇ ਉਹਨਾਂ ਨੇ 10 ਦਿਨ ਦੀ ਰਿਮਾਂਡ ਦੀ ਫਰਦਰ ਮੰਗ ਕੀਤੀ। ਇਸ ਬਣਾ ਦੇ ਉੱਤੇ ਵੀ ਕਿਸੇ ਵੋਇਸ ਕਿਤੇ ਮੈਸੇਜ ਕਿਸੇ ਦੇ ਫੋਨ ਦੇ ਵਿੱਚ ਮਿਲਿਆ ਹੈਗਾ, ਜਿਹਦੇ ਵਿੱਚ ਕਿਸੇ PhD ਨਾਂ ਦੇ ਬੰਦੇ ਦਾ ਅਤੇ 22G ਨਾਂ ਦਾ ਕੋਈ ਜ਼ਿਕਰ ਆਇਆ, ਉਹਦੇ ਬਾਰੇ ਪਤਾ ਕਰਨਾ ਵੀ ਕੀ ਹੈਗਾ। ਸੋ ਜੱਜ ਸਾਹਿਬ ਨੇ 17 ਤਰੀਕ ਤੱਕ ਹਰਮਿੰਦਰ ਸਿੰਘ ਮਿੰਟੂ ਦਾ ਰਿਮਾਂਡ ਐਕਸਟੈਂਡ ਕੀਤਾ ਹੈਗਾ। 17 ਨੂੰ ਦੁਬਾਰੇ ਹਰਮਿੰਦਰ ਸਿੰਘ ਮਿੰਟੂ ਨੂੰ ਪੇਸ਼ ਕਰਨਗੇ, ਜਿਸ ਦਿਨ ਆਲਰੇਡੀ ਹਰਦੀਪ ਸਿੰਘ ਸ਼ੇਰੇ ਨੂੰ ਅਤੇ ਜਗਤਾਰ ਸਿੰਘ ਜੱਗੀ ਜੌਹਲ ਨੂੰ 2 ਦਿਨ ਪੇਸ਼ ਕਰਨਾ। ਦੂਜਾ ਨੌਜਵਾਨ ਜਿਹੜਾ ਰਮਨਦੀਪ ਸਿੰਘ ਆ, ਉਹਦਾ ਵੀ 10 ਦਿਨ ਦੀ ਰਿਮਾਂਡ ਕੀਤੀ ਸੀ। ਉਹਦੇ ਕੋਈ ਕਿਹਾ ਵੀ ਉਹਦੇ ਕੋਈ ਵੈਪਨ ਆਲਰੇਡੀ ਰਿਕਵਰ ਹੋ ਚੁੱਕੇ ਆ, ਉਹ ਸਹਾਰਨਪੁਰ ਜਾਂ ਮੇਰਠ ਤੋਂ ਲਿਆਇਆ ਸੀਗਾ, ਉਸ ਜਗ੍ਹਾ ਦੀ ਜਾ ਕੇ ਇਹਦੇ ਕੋਲ ਆਇਡੈਂਟੀਫਿਕੇਸ਼ਨ ਕਰਾਉਣੀ ਹੈਗੀ। ਉਸ ਸੰਬੰਧ ਦੇ ਵਿੱਚ ਉਹਦਾ ਰਿਮਾਂਡ ਮੰਗਿਆ ਸੀ, ਉਹਦਾ 18 ਤਰੀਕ ਤੱਕ ਦਾ ਜਿਹੜਾ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਹੈਗਾ। ਸੋ ਮੈਡੀਕਲ ਵਗੈਰਾ ਉਹ ਇਹਨਾਂ ਨੇ ਕਰਾਏ ਹੈਗੇ ਆ, ਮੈਂ ਰਿਕੁਐਸਟ ਕੀਤੀ ਸੀ। ਹਰਮਿੰਦਰ ਸਿੰਘ ਮਿੰਟੂ ਹਾਰਟ ਪੇਸ਼ੈਂਟ ਆ, ਉਹਦੀ ਬਾਈਪਾਸ ਸਰਜਰੀ ਹੋਈ ਆ ਕਾਫੀ ਲੰਬੇ ਸਮੇਂ, ਲਗਭਗ 2010 ਦੇ ਵਿੱਚ ਉਹਦੇ ਸਟੰਟ ਪਿਆ ਹੋਇਆ, ਇਸ ਕਰਕੇ ਕੋਈ ਹੈਲਥ ਦੀ ਸੇਫਟੀ ਦੀ ਉਹਦੀ ਜਿਹੜੀ ਗੱਲ ਆ, ਪੁਲਿਸ ਨੂੰ ਰਿਐਕਸ਼ਨ ਕੀਤੀ ਜਾਵੇ। ਜੱਜ ਸਾਹਿਬ ਨੇ ਉਹਦੇ ਲਈ ਉਹਨਾਂ ਨੂੰ ਕਿਹਾ ਵੀ ਇਹਦਾ ਜਿਹੜਾ ਆਰਟ ਦੀ ਜਿਹੜੀ ਕੋਈ ਪ੍ਰੋਬਲਮ ਨਾ ਆਵੇ, ਉਸ ਸੰਬੰਧ ਦੇ ਵਿੱਚ ਇਹਦੇ ਸਾਰੇ ਪ੍ਰਬੰਧ ਕੀਤੇ ਜਾਣ। ਹਰਮਿੰਦਰ ਸਿੰਘ ਮਿੰਟੂ ਨੂੰ ਕਿਹੜੇ ਕੇਸ ਨਾਲ ਜੋੜਿਆ ਜੀ? ਹਰਮਿੰਦਰ ਸਿੰਘ ਮਿੰਟੂ ਨੂੰ ਹਾਲ ਦੀ ਘੜੀ ਦਾ ਜਿਹੜਾ ਇੱਕੋ ਕੇਸ ਬਾਘਾ ਪੁਰਾਣਾ ਦਾ 193/16 ਦੀ ਪੁੱਛਗਿੱਛ ਦੇ ਵਿੱਚ ਲੋਕ ਸਿੰਘ ਲਾਡੀ ਤੋਂ ਸ਼ੁਰੂ ਹੋਇਆ, ਫਿਰ ਉਹਦੇ ਕਜ਼ਨ ਬ੍ਰਦਰ ਤਲਜੀਤ ਸਿੰਘ ਜਿੰਮੀ, ਫਿਰ ਅੱਗੇ ਜੱਗੀ ਜੌਹਲ ਦਾ ਵਿੱਚ ਨਾਂ ਆਇਆ, ਫਿਰ ਉਹਦੇ ਵਿੱਚ ਅੱਗੇ ਗੁਗਨੀ ਨਾਂ ਦਾ ਕੋਈ ਗੈਂਗਸਟਰ ਉਹਦਾ ਨਾਂ ਆਇਆ, ਅਤੇ ਫਿਰ ਉਹਨੂੰ ਜੋੜਿਆ ਵੀ ਗੁਗਨੀ ਅਤੇ ਹਰਮਿੰਦਰ ਸਿੰਘ ਮਿੰਟੂ ਨਾਭੇ ਜੇਲ੍ਹ 'ਚ ਇਕੱਠੇ ਸੀਗੇ। ਇਸ ਤਰ੍ਹਾਂ ਦੀ ਕੋਈ ਜਿਹੜੀ ਪ੍ਰੋਸੀਕਿਊਸ਼ਨ ਜਿਹੜੀ ਸਟੋਰੀ ਹੈਗੀ ਹੈ ਅਜੇ ਪੂਰਾ ਕਲੀਅਰ ਨਹੀਂ ਗਾ, ਪੂਰਾ ਕਲੀਅਰ ਤਾਂ ਚਾਰਜਸ਼ੀਟ ਜਦੋਂ ਪੁਲਿਸ ਫਾਈਲ ਕਰੂਗੀ ਫਿਰ ਹੋਊਗਾ। ਇਹਨਾਂ ਦਾ ਸਾਨੂੰ ਜੀ ਅਸੀਂ ਪੇਸ਼ ਕੀਤਾ, ਜਿਹੜਾ ਹਰਮਿੰਦਰ ਮਿੰਟੂ ਉਹਦਾ 2 ਦਿਨ ਦਾ ਰਿਮਾਂਡ ਮਿਲਿਆ, ਜਿਹੜਾ ਦੂਜਾ ਰਮਨਦੀਪ ਸਿੰਘ ਉਹਦਾ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ। ਹਰਮਿੰਦਰ ਮਿੰਟੂ ਕਿਹੜੇ ਕੇਸ ਦੇ ਵਿੱਚ ਹੈਗਾ ਜੀ? ਹਰਮਿੰਦਰ ਮਿੰਟੂ ਹੈਗਾ 193/16 ਮੁਕੱਦਮਾ, ਆਰਮਸ ਐਕਟ ਪਲੱਸ ਅਨਲਾਫੁਲ ਐਕਟੀਵਿਟੀਜ਼ ਐਕਟ, ਉਹਦੇ ਵਿੱਚ ਹੈ ਬਾਗੇ ਪੁਰਾਣੇ ਦਾ। ਸਰ ਹੁਣ ਤੱਕ ਕੁਛ ਪ੍ਰਾਪਤ ਹੋਇਆ ਜੀ? ਹਾਂਜੀ, ਬਹੁਤ ਕੁਛ ਪ੍ਰਾਪਤ ਹੋਇਆ ਜੀ, ਅਸਲਾ ਰਿਕਵਰ ਹੋਇਆ ਹੈ, ਹੋਰ ਸਾਰੀਆਂ ਵਾਰਦਾਤਾਂ ਇਹ ਮੰਨੇ ਨੇ, ਬਾਕੀ ਕਰਦੇ ਪਏ ਇਨਵੈਸਟੀਗੇਸ਼ਨ। ਕੀ ਲੱਗਦਾ ਕਿ ਏਰੀਆ ਦੇ ਹੋਰ ਵੀ ਮੁੰਡੇ ਨਾਲ ਜੁੜੇ ਹੋਏ ਨੇ? ਇਨਵੈਸਟੀਗੇਸ਼ਨ ਕਰ ਰਹੇ ਹਾਂ। ਠੀਕ ਹੈ, ਹੁਣ ਜਿਹੜੀ ਇਹਨਾਂ ਦਾ ਰਿਮਾਂਡ ਮਿਲਿਆ ਕਦੋਂ ਕਦੋਂ ਤੱਕ ਮਿਲਿਆ? ਇੱਕ ਤਾਂ ਮਿਲਿਆ 17 ਤਰੀਕ ਤੱਕ, ਇੱਕ ਤਾਂ ਮਿਲਿਆ 18 ਤਰੀਕ। ਪਟਿਆਲਾ ਵਿੱਚ ਪੁਰਾਣੀ ਅਨਾਜ ਮੰਡੀ ਕੋਲ ਦੇਰ ਰਾਤ ਇੱਕ ਸਰੋਂ ਦੀ ਫੈਕਟਰੀ ਵਿੱਚ ਬਲਾਸਟ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ।
जानकारी मुताबिक यह ब्लास्ट देर रात होया ते ब्लास्ट कारण नेड़े दियां दुकानां भी नुकसानियां गईयां। मौके ते पहुंची फायर ब्रिगेड विभाग ने अग ते काबू पाया। इस संबंध विच मौके ते मौजूद लोकां ने दस्या कि रात नूं इक धमाके दी आवाज सुनी तां ओह शीतला माता मंदर कोले पहुंचे तां उत्थे सरों दी तेल दे इक फैक्टरी विच ब्लास्ट होया सी, जिस विच इक व्यक्ति दी मौत हो गई जो कि फैक्टरी दे मालक दा ही पुत्तर सी। इस संबंधी फायर ब्रिगेड दे अधिकारी ने दस्या कि अग ते काबू तां पा लिया गया पर अजे तक अग लगन दे कारणां दा पता नहीं लग सकिया। मेरा नाम राकेश खन्ना जी, केड़ी जगह पे जी अपने? ये जी सनोरी गड्डा नियर शीतला माता मंदिर, पुरानी अनाज मंडी दे विच एक ब्लास्ट होया अज, जिहदे नाल कि तीन दुकानां पूरी तरह डैमेज हो गईयां ने। ते ब्लास्ट क्यों होया इहदा हले कोई कारण पता नहीं लग्या। किस दी शॉप? अग्रवाल ट्रेडिंग कंपनी है जी, जिहदे च सरों दे तेल दी मैनुफैक्चरिंग दा काम सीगा जी, इक स्टील दी फैब्रिक हुंदी है जी उहदा है जी। नुकसान है सर, इहदे च इक मुंडा सीगा जी रजत, ਜਿਹੜਾ ਕਿ ਅਗਰਵਾਲ ਟ੍ਰੇਡਿੰਗ ਕੰਪਨੀ ਦੇ ਰਾਕੇਸ਼ ਮਿੱਤਲ ਜੀ ਦਾ ਬੇਟਾ, ਉਹਦੀ ਡੈਥ ਹੋ ਗਈ ਸਰ। ਉਹ ਇੱਥੇ ਹੀ ਸੀਗਾ ਹੁਣ? ਹਾਂਜੀ, ਉਹ ਰਾਤ ਨੂੰ ਕੰਮ ਕਰ ਰਿਹਾ ਸੀ ਅੰਦਰ। ਹਾਂਜੀ, ਉਹਦੀ ਡੈਥ ਹੋ ਗਈ ਸਰ। ਆਸ ਪਾਸ ਕਰਨ ਦੀ ਕੋਈ ਪੈਸ ਸੀ ਦਾ ਕੋਈ? ਕਰਨ ਵਾਲੇ ਸਾਰੇ ਪਹੁੰਚ ਚੁੱਕੇ ਨੇ ਜੀ, ਕਿਉਂਕਿ ਬਲਾਸਟ ਬਹੁਤ ਵੱਡਾ ਸੀਗਾ, ਇਹਦੀ ਆਵਾਜ਼ ਬਹੁਤ ਦੂਰ ਤੱਕ ਗਈ ਹੈ। ਪੱਕੀ ਲੈਂਟਡ ਦੁਕਾਨਾਂ ਸੀਗੀਆਂ ਜਿਹੜੀਆਂ ਦੁਕਾਨਾਂ ਬਿਲਕੁਲ ਢਹਿ ਗਈਆਂ ਨੇ, ਅਤੇ ਬਲਾਸਟ ਕਿਉਂ ਹੋਇਆ ਇਹਦਾ ਕੋਈ ਕਾਰਨ ਵਾਲੇ ਪਤਾ ਨਹੀਂ ਲੱਗ ਸਕਦਾ। ਆਸ ਪਾਸ ਕਿੰਨੀ ਦੁਕਾਨਾਂ ਦਾ ਨੁਕਸਾਨ ਹੋਇਆ? ਚਾਰ, ਤਿੰਨ ਚਾਰ ਦੁਕਾਨਾਂ ਤਕਰੀਬਨ ਹੈ ਜੀ ਜਿਹੜੀ ਡੈਮੇਜ ਹੋ ਗਈਆਂ ਬਿਲਕੁਲ ਜੀ। ਇੱਕ ਸਟੋਰ ਹੈਗਾ ਆਪਣਾ ਪ੍ਰੈਸਟੀਜ ਕੁੱਕਰ ਵਗੈਰਾ ਦਾ, ਉਹਨਾਂ ਦਾ ਸਟੋਰ ਹੈਗਾ। ਇੱਕ ਸਟੀਲ ਫੈਬਰਿਕ ਦੀ ਦੁਕਾਨ ਹੈਗੀ ਜੀ ਜਿੱਥੇ ਸਟੀਲ ਦਾ ਵਰਕ ਕੰਮ ਹੁੰਦਾ ਸੀਗਾ। ਇੱਕ ਅਗਰਵਾਲ ਟ੍ਰੇਡਿੰਗ ਕੰਪਨੀ ਅਤੇ ਤੇਲ ਦੀ ਦੁਕਾਨ ਸੀ, ਉਹ ਬਿਲਕੁਲ ਡੈਮੇਜ ਹੋ ਚੁੱਕੀ ਹੈ ਜੀ। ਨਹੀਂ ਹਲੇ ਫਿਲਹਾਲ ਤਾਂ ਦੇਖੋ ਸਾਰਾ ਫਾਇਰ ਬ੍ਰਿਗੇਡ ਆ ਗਈ ਸੀਗੀ, ਐਂਬੂਲੈਂਸ ਆ ਗਈ ਸੀ, ਸਾਰਾ ਕੁਛ ਆ ਗਿਆ, ਚੈੱਕ ਕਰ ਲਿਆ, ਹੋਰ ਕੋਈ ਬੰਦਾ ਨਹੀਂ ਹੈ, ਹੋਰ ਕੋਈ ਜਾਨੀ ਨੁਕਸਾਨ ਨਹੀਂ ਹੈ, ਇੱਕੋ ਹੀ ਬੰਦਾ ਜਿਹਦੀ ਮੌਕੇ 'ਤੇ ਡੈਥ ਹੋ ਚੁੱਕੀ। ਉਹ ਦਰਅਸਲ ਅਗਰਵਾਲ ਦੇ ਜਿਹੜੇ ਰਾਕੇਸ਼ ਮਿੱਤਲ ਜੀ ਨੇ ਜੀ, ਉਹ ਆਪਣੇ ਛੋਟੇ ਬੇਟੇ ਨੂੰ ਅੱਜ ਉਹਨਾਂ ਦੀ ਸਵੇਰੇ, ਕੱਲ੍ਹ ਉਹਨਾਂ ਦੀ 9 ਵਜੇ ਦੀ ਫਲਾਈਟ ਹੈ, ਉਹ ਅੱਜ ਆਪਣੇ ਬੇਟੇ ਨੂੰ ਦਿੱਲੀ ਛੱਡਣ ਗਏ ਹੋਏ ਸੀਗੇ ਜੀ। ਉਹਨਾਂ ਦਾ ਬੜਾ ਬੇਟਾ ਜਿਹੜਾ ਉਹ ਇੱਥੇ ਸੀਗਾ ਜੀ, ਕੰਮ ਕਰ ਰਿਹਾ, ਅਤੇ ਉਸ ਦੌਰਾਨ ਅਤੇ ਉਹਨਾਂ ਨੂੰ ਕਾਲ ਕਰ ਦਿੱਤੀ ਗਈ ਆ, ਉਹ ਵਾਪਸ ਆ ਰਹੇ ਨੇ ਜੀ। ਲੜਕੇ ਦੀ ਨੀਅਰ ਅਬਾਊਟ 28 ਤੋਂ 30 ਸਾਲ ਦੇ ਵਿੱਚ। ਸਰ, ਸਨੋਰੀ ਅੱਡਾ ਪ੍ਰੇਮ ਧਾਮ ਮੰਦਿਰ ਦੇ ਕੋਲ, ਸ਼ੀਤਲਾ ਮਾਤਾ ਮੰਦਿਰ ਦੇ ਕੋਲ ਅੱਗ ਲੱਗ ਗਈ ਸੀ, ਰਾਤ ਨੂੰ ਬਲਾਸਟ ਹੋਇਆ। ਸਾਡੇ ਕੋਲ ਸੂਚਨਾ ਮਿਲੀ ਤਾਂ ਅਸੀਂ ਮੌਕੇ 'ਤੇ ਪਹੁੰਚ ਗਏ, ਅਤੇ ਬਲਾਸਟ ਹੋਇਆ ਸੀ। ਫੈਕਟਰੀ ਦੇ ਵਿੱਚ ਤੇਲ ਦਾ ਕਾਰਖਾਨਾ ਸੀ, ਕੋਈ ਖਲ ਬਣਾਉਣ ਦਾ ਜਾਂ ਤੇਲ ਬਣਾਉਣ ਦਾ ਕਾਰਖਾਨਾ ਸੀਗਾ, ਅਤੇ ਇਸ ਨੂੰ ਬਲਾਸਟ ਹੋਇਆ। ਇਸਦੇ ਵਿੱਚ ਇੱਕ ਲੜਕਾ, ਸਾਨੂੰ ਡੈੱਡ ਬੋਡੀ ਮਿਲੀ ਹੈ ਜੋ ਪਾਸਟ ਆਈਡੈਂਟੀਫਾਈ ਹੋਇਆ, ਤਾਂ ਉਹਨਾਂ ਦਾ ਜਿਹੜਾ ਕਾਰਖਾਨਾ ਇਹਨਾਂ ਦਾ ਹੀ ਲੜਕਾ ਮਿਸਟਰ ਰਜਤ ਹੈ, ਤਾਂ ਉਹ ਅਸੀਂ ਡੈੱਡ ਬੋਡੀ ਹਸਪਤਾਲ ਭੇਜਤੀ ਹੈ। ਅਤੇ ਨੁਕਸਾਨ ਤਾਂ ਇਹ ਵੀ 3-4 ਦੁਕਾਨਾਂ ਬਿਲਕੁਲ ਬਲਾਸਟ ਹੋ ਚੁੱਕੀਆਂ, ਖਤਮ ਹੋ ਗਈਆਂ। ਕਿੰਨੀਆਂ ਗੱਡੀਆਂ ਆਪਣੇ ਕੰਟਰੋਲ ਕਰਨ ਵਾਲੇ? ਗੱਡੀ ਦਾ ਇੱਕੋ ਹੀ ਪਈ ਹੈ ਜੀ, ਗੱਡੀ ਦਾ ਇੱਕੋ ਹੀ ਆਈ ਹੈ ਕੰਟਰੋਲ ਕਰਨ ਵਾਸਤੇ। ਤੇਲ ਸੀਗਾ ਸਰ? ਸਰਸੋਂ ਦੇ ਤੇਲ ਦੀ ਫੈਕਟਰੀ ਸੀ। ਇੱਕੋ ਇੰਜਣ ਸਰ ਫਿਲਹਾਲ ਸਾਨੂੰ ਇੱਕੋ ਹੀ ਇੰਜਣ ਮਿਲਿਆ, ਬਾਕੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਅਤੇ ਦੇਖ ਰਹੇ ਹਾਂ, ਚੈੱਕ ਕਰ ਰਹੇ ਹਾਂ। ਅਤੇ ਹੁਣ ਵੇਲਾ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।